कुछ चीज़ा उन्हें जड़िया मेरी रूह दियाँ होंदिया जो मैं हुक्म हो जाता तो मैं लगता कि ये सब तो वड्डा अवार्ड मैं मिल गया मेरी झोली आ गई नात परमाला अली सरकार की मनकवत पंचतन पाक घड़ाने की शान अगर ये बयान ना हो सकी तो फिर महफल किस चीज़ की महफल जेड़ा कादरी घराना ना कादरी घराना कादरी घराना उन्होंने तो एडा वा शर्फ हासिल है कि अल्लाह के नबी जो मेराज में गए थे गौसले आज़म सरकार का कंधा हजूर दे पैर मुबारक में नसीब होया उत्थे उस वक्त गौसले सरकार के कंधे में यह शर्फ हासिल होया कि नबी करीम ने अपना कदम रखिया ते कहा कि कौन कि जी मैं गौस महियुद्दीन साडा कदम तेरे कंधे ते तेरा कदम कुल वलियां दे कंधे अली 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 इमाम मनस्ता मन गुलाम अली हजार जान गिरामी फिदा बनाम अली अली इमाम मनस्ता मन गुलाम हजार जान गिरामी फिदा बनामे अली पंचतन पाक घराने का जिहड़ा रिश्ता है वह हिंदुस्तान की धरती बहुत वड्डा रिश्ता है ना इसनु कोई समझ सकिया ते ना शायद कोई समझ सके साडी नजरां होर तरह की नजरां ने हिंदुस्तान दे नाल बहुत वड्डा रिश्ता हजरत इमाम हुसैन रजी अल्लाह ताला अन्हु एक हिंदू शायरा बीबी लिखती है मैं हिंदू हूं जब उन्हें पता लग गया ना कि हजरत मौला अली मुश्किल कुशा दी आल औलाद नूं इंज मैदान करबला दे विच शहीद कर दिता ते उदा दिल भी रोया ते उदियां अखां भी रोईयां खून दे हंजू रोई बीबी ते उस दर्द दे विच लिखदी है कहिंदी शुक्र है मैं मुसलमान नहीं हां ओ मुसलमान नहीं हां जिहड़े हजरत इमाम हुसैन दे कातलां च जिन्हां दा नाम आउंदा मैं ओ नहीं हां शुक्र की कहिंदी है मैं हिंदू हूं मगर कातिल नहीं हूं बीबी मैं हिंदू हूं मगर कातिल नहीं हूं नबी की आल को शिकवा नहीं है मेरे माथे की बिंदिया को ना देखो मेरे माथे की बिंदिया को ना देखो ये तिलक है खून का थप्पा नहीं है अली वांगू कोई मशहूर भी नहीं अली दा वक्त नबी तो नूर भी नहीं नुसहरी आशिक अली नु कहन ज़ियारत अली रब ते नहीं पर रब तो दूर भी नहीं अली रब ते नहीं अली रब ते नहीं पर रब तो दूर भी नहीं एक ਜੋਤਸ਼ੀ ਮਦੀਨਾ ਸ਼ਰੀਫ ਦੇ ਵਿੱਚ ਜੋਤਸ਼ੀ ਕਹਿੰਦੇ ਇੰਨਾ ਇਲਮ ਉਹਨੂੰ ਯਾਦ ਸੀ ਕਿ ਕਈ ਊਠਾਂ ਦੇ ਉੱਪਰ ਉਹਦੀਆਂ ਕਿਤਾਬਾਂ ਸਵਾਰ ਹੁੰਦੀਆਂ ਸੀ ਜਦੋਂ ਜਾਂਦਾ ਸੀ ਕਿਸੇ ਸਫ਼ਰ ਦੇ ਵਿੱਚ ਜਦੋਂ ਜਾਂਦਾ ਸੀ ਕਿਤੇ
ਤੇ ਹਜ਼ਰਤ ਮੌਲਾ ਅਲੀ ਸਰਕਾਰ ਦਾ ਜਦੋਂ ਉਹਨੇ ਕਿਤੇ ਜ਼ਿਕਰ ਸੁਣਿਆ ਨਾ ਉਹਨੂੰ ਬੜਾ ਗੁੱਸਾ ਆਇਆ ਕਹਿੰਦਾ ਇਦਾਂ ਦਾ ਕਿਹੜਾ ਅਲੀ ਜੰਮ ਪਿਆ ਜਿਹੜਾ ਜਿਹਦੇ ਕੋਲੇ ਮੇਰੇ ਤੋਂ ਵੀ ਜ਼ਿਆਦਾ ਇਲਮ ਹੈ ਕੌਣ ਜੰਮ ਪਿਆ ਤੇ ਹੋ ਕੇ ਆਪਣੀ ਉਠਣੀ ਤੇ ਸਵਾਰ ਨਾਲ ਪਹੁੰਚ ਗਿਆ ਹਜ਼ਰਤ ਮੌਲਾ ਅਲੀ ਦਾ ਘਰ ਪੁੱਛਦੇ 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 ਦੇਖਿਆ ਇੱਕ ਕੱਚਾ ਜਿਹਾ ਮਕਾਨ ਕੱਚਾ ਜਿਹਾ ਕੋਠਾ ਪਹਿਲਾਂ ਤਾਂ ਹੈਰਾਨ ਹੋਇਆ ਕਿ ਆਹ ਅਲੀ ਦਾ ਘਰ ਹੈ ਆਹ ਘਰ ਅਲੀ ਦਾ ਤੇ ਫਿਰ ਕੀ ਦੇਖਦਾ ਇੱਕ ਨੌਜਵਾਨ ਮਿੱਟੀ ਭਰ ਰਿਹਾ ਤਸਲੇ ਦੇ ਵਿੱਚ ਬੱਠਲ ਦੇ ਵਿੱਚ ਮਿੱਟੀ ਭਰ ਰਿਹਾ ਤੇ ਪੌੜੀਆਂ ਚੜ੍ਹ ਕੇ ਉੱਪਰ ਲੈ ਕੇ ਜਾ ਰਿਹਾ ਹੈ ਤੇ ਉੱਪਰ ਹਜ਼ਰਤ ਮੌਲਾ ਅਲੀ ਮੁਸ਼ਕਿਲ ਕੁਸ਼ਾ ਆਪਣੇ ਹੱਥਾਂ ਦੇ ਨਾਲ ਆਪਣਾ ਕੋਠਾ ਲਿਪ ਰਹੇ ਨੇ ਆਪਣਾ ਕੋਠਾ ਲਿਪ ਰਹੇ ਨੇ ਤੇ ਉਠਣੀ ਤੇ ਸਵਾਰ ਕਹਿੰਦਾ ਕਹਿੰਦਾ ਉਹ ਕਾਕਾ ਉਹ ਅਲੀ ਦਾ ਘਰ ਇਹੀ ਹੈ ਉਹ ਕਹਿੰਦਾ ਹਾਂਜੀ ਇਹੀ ਹੈ ਜਾ ਉਹਨੂੰ ਬੁਲਾ ਕੇ ਲੈ ਕੇ ਆ ਮੈਂ ਉਹਦੇ ਨਾਲ ਦੋ ਚਾਰ ਗੱਲਾਂ ਕਰਨੀਆਂ ਜ਼ਰਾ ਦੇਖਾਂ ਤੇ ਅਲੀ ਦੇ ਕੋਲ ਕਿਹੜਾ ਇਲਮ ਹੈ ਅੱਗੋਂ ਮੁਰੀਦ ਕਿਤੇ ਜੋਸ਼ ਦੇ ਵਿੱਚ ਆਇਆ ਤੇ ਕਹਿਣ ਲੱਗਿਆ ਬਾਬਾ ਜੀ ਤੁਸੀਂ ਮੇਰੇ ਪੀਰ ਨੂੰ ਬਾਅਦ ਦੇ ਵਿੱਚ ਮੁੱਲਿਓ ਪਹਿਲਾਂ ਮੈਨੂੰ ਮਿਲ ਲਓ ਪਹਿਲਾਂ ਮੈਨੂੰ ਮਿਲ ਲਓ ਅੱਗੋਂ ਉਹ ਵੀ ਇਲਮ ਦਾ ਪੂਰਾ ਪੱਕਾ ਉਹ ਮੱਥੇ ਵੱਲ ਦੇਖ ਕੇ ਕਹਿੰਦਾ ਉਹ ਕਾਕਾ ਤੈਨੂੰ ਕੀ ਮਿਲਣਾ ਤੂੰ ਤੇ ਕੱਲ ਨੂੰ ਮਰ ਜਾਣਾ ਤੇਰੀ ਤੇ ਉਮਰ ਹੀ ਹੈ ਨਹੀਂ ਤੇਰੇ ਨਾਲ ਤੂੰ ਮੇਰੇ ਨਾਲ ਕੀ ਗੱਲ ਕਰੇਗਾ ਤੂੰ ਤੇ ਕੱਲ ਨੂੰ ਮਰ ਜਾਣਾ ਉਹ ਥੋੜਾ ਢਿੱਲਾ ਜਿਹਾ ਹੋ ਗਿਆ ਮੌਤ ਦੀ ਗੱਲ ਸੁਣ ਕੇ ਥੋੜਾ ਢਿੱਲਾ ਜਿਹਾ ਹੋ ਗਿਆ ਮਿੱਟੀ ਭਰ ਕੇ ਜਦੋਂ ਉੱਪਰ ਲੈ ਗਿਆ ਨਾ ਤੇ ਹਜ਼ੂਰ ਹਜ਼ਰਤ ਮੌਲਾ ਅਲੀ ਮੁਸ਼ਕਿਲ ਕੁਸ਼ਾ ਕਹਿਣ ਲੱਗੇ ਸ਼ੇਰੇ ਖੁਦਾ ਕਹਿਣ ਲੱਗੇ ਕੀ ਗੱਲ ਤੇਰਾ ਚਿਹਰਾ ਕਿਉਂ ਉਤਰਿਆ ਉਹ ਕਹਿੰਦੇ ਜੀ ਥੱਲੇ ਇੱਕ ਜੋਤਸ਼ੀ ਆਇਆ ਊਠ ਦੇ ਉੱਪਰ ਸਵਾਰ ਹੈ ਪਤਾ ਨਹੀਂ ਕਿੰਨੀਆਂ ਕੁ ਕਿਤਾਬਾਂ ਲੱਦੀ ਫਿਰਦਾ ਤੁਹਾਨੂੰ ਮਿਲਣ ਦਾ ਚਾਹਵਾਨ ਹੈ ਤੇ ਮੈਂ ਕਿਤੇ ਕਹਿ ਬੈਠਿਆ ਕਿ ਮੈਨੂੰ ਮਿਲ ਲਓ ਤੇ ਮੈਨੂੰ ਕਹਿੰਦੇ ਤੈਨੂੰ ਕਾਕਾ ਕੀ ਮਿਲਣਾ ਤੂੰ ਤੇ ਕੱਲ ਨੂੰ ਮਰ ਜਾਣਾ ਤਾਂ ਹਜ਼ੂਰ ਕਹਿਣ ਲੱਗੇ ਅੱਛਾ ਤੂੰ ਆਪਣੀ ਮੌਤ ਤੋਂ ਡਰ ਗਿਆ ਕਹਿੰਦਾ ਨਹੀਂ ਹਜ਼ੂਰ ਮੈਂ ਤਾਂ ਤੁਹਾਡੀ ਖਿਦਮਤ ਕਰਨੀ ਚਾਹੁੰਦਾ ਹੋਰ ਮੌਤ ਤੋਂ ਹੋਵਾਂ ਤੁਹਾਡਾ ਮੁਰੀਦ ਤੇ ਮੌਤ ਤੋਂ ਡਰ ਜਾਵਾਂ ਇਹ ਕਿੰਝ ਹੋ ਸਕਦਾ ਆਪ ਕਹਿਣ ਲੱਗੇ ਹੁਣ ਜ਼ਰਾ ਤਵੱਜੋ ਮੇਰੇ ਵੱਲ ਨਿਗਾਹ ਮੇਰੇ ਵੱਲ ਕਰਿਓ ਇੰਜ ਕਰਕੇ ਕੋਠਾ ਲਿਪ ਰਿਹਾ ਮਿੱਟੀ ਦੀ ਇੱਕ ਗੱਠ ਇਸ ਉਂਗਲ ਦੇ ਉੱਪਰ ਲੈ ਲਈ ਮਿੱਟੀ ਦੀ ਬਣੀ ਹੋਈ ਇੱਕ ਗੱਠ ਇਸ ਉਂਗਲ ਦੇ ਉੱਪਰ ਲੈ ਲਈ ਤੇ ਲਿਪਦੇ ਲਿਪਦੇ ਇੰਜ ਕਰਕੇ ਗੱਠ ਮਾਰੀ ਤੇ ਉਹਦੇ ਮੱਥੇ ਤੇ ਜਾ ਵੱਜੀ ਉਸ ਮੁਰੀਦ ਦੇ ਮੱਥੇ ਤੇ ਜਾ ਵੱਜੀ ਕਹਿੰਦੇ ਜਾ ਮੌਤ ਦਾ ਡਰ ਲਾ ਤੇ ਮਿੱਟੀ ਲੈ ਕੇ ਆ ਪੌੜੀਆਂ ਉਤਰਿਆ ਤੇ ਜਿੱਦਾਂ ਹੀ ਪੌੜੀਆਂ ਉਤਰਿਆ ਮਿੱਟੀ ਭਰਨ ਲੱਗਿਆ ਉਹ ਜੋਤਸ਼ੀ ਨੇ ਫੇਰ ਆਵਾਜ਼ ਮਾਰੀ ਉਹ ਕਾਕਾ ਉਹ ਤੈਨੂੰ ਕਿਹਾ ਸੀ ਅਲੀ ਨੂੰ ਬੁਲਾ ਜਦੋਂ ਇੰਜ ਕਰਕੇ ਝਾਕਿਆ ਨਾ ਉਹਦੇ ਵੱਲ ਊਠਣੀ ਵੱਲ ਤੇ ਉਹ ਆਪਣੀ ਊਠਣੀ ਤੋਂ ਉਤਰ ਕੇ ਥੱਲੇ ਆ ਗਿਆ ਆ ਕੇ ਕਹਿਣ ਲੱਗਿਆ ਅਲੀ ਨੂੰ ਤੇ ਮੈਂ ਬਾਅਦ ਦੇ ਵਿੱਚ ਮਿਲੂੰਗਾ ਪਹਿਲਾਂ ਮੈਨੂੰ ਇਹ ਦੱਸ ਇੰਨੀ ਲੰਮੀ ਉਮਰ ਕਿੱਥੋਂ ਲਿਖਾ ਕੇ ਲੈ ਕੇ ਆਇਆ ਹਾਏ ਹਾਏ ਜਦ ਕਿਹਾ ਨਾ ਲੰਮੀ ਉਮਰ ਤੇ ਮਲੰਗ ਨਾਰਾ ਮਾਰ ਕੇ ਮੌਲਾ ਅਲੀ ਮੁਸ਼ਕਿਲ ਕੁਸ਼ਾ ਦਾ ਕਹਿਣ ਲੱਗਿਆ ਅਲੀ ਵਰਗਾ ਜ਼ਮਾਨੇ ਤੇ ਅਲੀ ਵਰਗਾ ਜ਼ਮਾਨੇ ਤੇ ਕੋਈ ਪੀਰ ਦਿਖਾ ਮੈਨੂੰ ਅਰੇ
दुनिया की गल नहीं करता, पूरी कायनात जैसा घर हजरत बीबी फातिमा का उसा घर किसी का हो ही नहीं सकता। भाई जरा बैठ जाओ, सेवा दारो बह जाओ, मेरा पानी पुरा फिर पिला लो। बंसर भाजी तुम थोड़ा जा वीर बन के मेरे पिछे नजर, बाबे बैठे पिछे। अल्लाह हफ्श की शहजादी हजरत बीबी मामूना हजूर की कचहरी च हाजिर हुई, अपना ताज तख्त छड़ के आ गई, ठोकर मार के आ गई। मामूना हजूर कहन लगे तेरा नाम बदल देने, आज तो बाद तेरा नाम फिजा। हजूर मैं रंग की काली, मैं नैन नक्शा की मोटी, मैनू तो हफ्शी कहते लोग, मैं हफ्श देश की शहजादी जरूर हाँ, पर मेरे ते ना अकल ना शकल ना चेहरा ना रंग ना सूरत, ना रंग ना टंग ना सूरत। हजूर कहन लगे फिजा, फिजा का मतलब होंगे चांदी वांगू चमकने वाली चीज, खूबसूरत। फिजा तेरा नाम तेरी सूरत वेख के नहीं, तेरी सीरत वेख के रखे। मेरी बेटी को चल जा, हजरत फातिमा तुल जहरा खातून जन्नत उदी खिदमत करया कर। बीबी फातिमा दे घर दे विच खिदमत गुजार हो गई। भाई जी जरा तवज्जो दियो, मैं गल की करन लग्या, ये वो दरबार ने, ये शेरां दे दरबार ने, ये शेरां दे दरबार ने। इत्थे कोई प्रधान नहीं, कोई इत्थे खजानची नहीं, कोई सैकटरी नहीं, इत्थे कुछ नहीं। इत्थे ते जे है ते बस सेवादारी सेवादारी सेवादारी। मैं ओ जरा तवज्जो दिओ मेरे वर, बीबी खिदमत करदी है, कदे कहंदी फातिमा तू मैनू एक बार अपनी जबान चो तो कह कि मैं थोड़ी नौकर हाँ। फातिमा एक बार तो कह मैं नौकर हाँ। बीबी फातिमा कहती नहीं फिजा तू मेरी भैन है। फिर सेवा करी जाती है करी जाती है। फिर कदे इमाम हसन नू बुलाउंदी है, हसन उरिया उरिया मेरे को, एक बार अपनी जबान चो कह कि फिजा साड़ी नौकर है। तो हजरत इमाम हसन कहने लगे नहीं तू साड़ी नौकर नहीं, तू साड़ी अम्मा है। फिर आवाज मार दी हुसैन नू, छोटा हुसैन दौड़ के आ दौड़ के आ दौड़ के आ। कोई खाण दा लालच भी दिंदी है, कहंदी अपनी जुबान दे विचों एक बार कह कि फिजा तू साडी नौकर है। ते हज़रत इमाम हुसैन कहण लगे नहीं तू साडी अम्मा। सारी उम्र बीबी फिजा नौकर कहाउण दे लई तरसदी रही कि ए खानदान एक बार मैनू कह देवे कि साडी नौकर है। अहले बैत कहंदे हुज़ूर
ਇਹ ਫਕੀਰਾਂ ਦੇ ਸ਼ਹਿਨਸ਼ਾਹ ਨੇ ਅਹਿਲੇ ਬੈਤ ਖਾਨਦਾਨ ਦਰਵਾਜ਼ਾ ਖੜਕਿਆ ਬੀਬੀ ਫਿਜ਼ਾ ਨਾ ਬਰਤਨ ਸਾਫ਼ ਕਰਦੀ ਹੈ ਮੌਲਾ ਹੁਸੈਨ ਦੇ ਜੂਠੇ ਭਾਂਡੇ ਮਾਂਜਦੀ ਹੈ ਦਰਵਾਜ਼ਾ ਖੜਕਿਆ ਆਵਾਜ਼ ਆਈ ਅੰਦਰੋਂ ਆਵਾਜ਼ ਦਿੱਤੀ ਬੀਬੀ ਨੇ ਕੌਣ ਬਾਹਰੋਂ ਆਵਾਜ਼ ਆਉਂਦੀ ਹੈ ਮੈਂ ਜਿਬਰਾਈਲ ਫਰਿਸ਼ਤਾ ਬੀਬੀ ਅੰਦਰੋਂ ਜਵਾਬ ਦਿੰਦੀ ਹੈ ਕੀ ਕੰਮ ਹੈ ਅੱਲਾ ਪਾਕ ਨੇ ਸੁਨੇਹਾ ਭੇਜਿਆ ਹਜ਼ਰਤ ਅਲੀ ਵਾਸਤੇ ਸੁਨੇਹਾ ਦੇਣ ਲਈ ਆਇਆ ਅੰਦਰੋਂ ਬੀਬੀ ਫਿਰ ਜਵਾਬ ਦਿੰਦੀ ਹੈ ਹਾਲੇ ਠਹਿਰ ਕੇ ਆਈ ਮੈਂ ਹੁਸੈਨ ਦੇ ਜੂਠੇ ਭਾਂਡੇ ਮਾਂਜਦੀ ਹਾਂ ਮੇਰੇ ਕੋਲ ਵਕਤ ਹੈ ਨਹੀਂ ਮੇਰੇ ਕੋਲ ਵਕਤ ਹੈ ਨਹੀਂ ਕਮਾਲ ਹੋ ਗਈ ਫਰਿਸ਼ਤਾ ਦਰ ਤੇ ਖੜਾ ਹੈ ਤੇ ਬੀਬੀ ਜਵਾਬ ਦਿੰਦੀ ਹੈ ਹਾਲੇ ਰੁਕ ਕੇ ਆਈ ਥੋੜੀ ਦੇਰ ਬਾਅਦ ਦਰਵਾਜ਼ਾ ਫਿਰ ਖੜਕਿਆ ਫਿਰ ਬੀਬੀ ਜਵਾਬ ਦਿੰਦੀ ਹੈ ਕੌਣ ਬਾਹਰੋਂ ਜਵਾਬ ਆਉਂਦਾ ਹੈ ਬੀਬੀ ਮੈਂ ਹੁਸੈਨ ਦਾ ਦਰਜ਼ੀ ਹਾਂ ਮੈਂ ਜੋੜਾ ਲੈ ਕੇ ਆਇਆ ਉਹਦੇ ਵਾਸਤੇ ਮੈਂ ਟੇਲਰ ਹਾਂ ਅੱਛਾ ਮੇਰੇ ਹੁਸੈਨ ਦਾ ਦਰਜ਼ੀ ਆਇਆ ਭਾਂਡੇ ਵਿਚਕਾਰ ਛੱਡੇ ਆਪਣੇ ਕੱਪੜਿਆਂ ਦੇ ਨਾਲ ਹੱਥ ਸਾਫ਼ ਕਰਦੀ ਹੋਈ ਦੌੜੀ ਦਰਵਾਜ਼ੇ ਵੱਲ ਨੂੰ ਦਰਵਾਜ਼ਾ ਖੋਲਿਆ ਕੱਪੜਿਆਂ ਦਾ ਜੋੜਾ ਫੜਿਆ ਜਿੱਦਾਂ ਹੀ ਵਾਪਸ ਮੁੜਨ ਲੱਗੀ ਖਿਆਲ ਆਇਆ ਇਹ ਆਵਾਜ਼ ਤੇ ਮੈਨੂੰ ਪਹਿਲੇ ਵਾਲੇ ਦੀ ਲੱਗਦੀ ਹੈ ਪਿੱਛੇ ਮੁੜੀ ਗੱਲ ਦੱਸ ਤੂੰ ਉਹੀ ਨਹੀਂ ਜਿਹੜਾ ਪਹਿਲਾਂ ਵੀ ਆਇਆ ਸੀ ਆਪ ਕਹਿਣ ਲੱਗਿਆ ਹਾਂ ਬੀਬੀ ਮੈਂ ਉਹੀ ਹਾਂ ਅੱਲਾ ਦਾ ਭੇਜਿਆ ਫਰਿਸ਼ਤਾ ਅੱਛਾ ਗੱਲ ਦੱਸ ਜਦ ਤੂੰ ਪਹਿਲਾਂ ਆਇਆ ਸੀ ਤੇਰੀ ਆਵਾਜ਼ ਦੇ ਵਿੱਚ ਬੜੀ ਗਰਮੀ ਸੀ ਤੇ ਜਦ ਤੂੰ ਹੁਣ ਆਇਆ ਤੇ ਬੜੀ ਨਰਮੀ ਹੈ ਗੱਲ ਕੀ ਹੈ ਅੱਗੋਂ ਫਰਿਸ਼ਤਾ ਜਵਾਬ ਦਿੰਦਾ ਹਜ਼ੂਰ ਜ਼ਰਾ ਤਵੱਜੋ ਬਾਬਾ ਜੀ ਫਰਿਸ਼ਤਾ ਜਵਾਬ ਦਿੰਦਾ ਹੈ ਕਹਿੰਦਾ ਬੀਬੀ ਮੈਨੂੰ ਤੇਰੇ ਜਵਾਬ ਨੇ ਨਰਮ ਕਰ ਦਿੱਤਾ ਮੈਨੂੰ ਤੇਰੇ ਜਵਾਬ ਨੇ ਨਰਮ ਕਰ ਦਿੱਤਾ ਜਦ ਤੂੰ ਕਿਹਾ ਨਾ ਕਿ ਮੇਰੇ ਕੋਲ ਵਕਤ ਨਹੀਂ ਮੈਂ ਹੁਸੈਨ ਦੇ ਜੂਠੇ ਭਾਂਡੇ ਮਾਂਜਦੀ ਹਾਂ ਉਸੇ ਵਕਤ ਮੇਰੇ ਜ਼ਿਹਨ ਦੇ ਵਿੱਚ ਆ ਗਿਆ ਕਿ ਜਬਰੀਲ ਇਹ ਪੰਜ ਤਨ ਘਰਾਣੇ ਦਾ ਦਰ ਹੈ ਇਹ ਬੀਬੀ ਫਾਤਮਾ ਦਾ ਘਰ ਹੈ ਇੱਥੇ ਅਹੁਦੇਦਾਰੀ ਨਹੀਂ ਚੱਲਦੀ ਇੱਥੇ ਖਿਦਮਤਦਾਰੀ ਚੱਲਦੀ ਹੈ ਇੱਥੇ ਅਹੁਦੇਦਾਰੀ ਨਹੀਂ ਇੱਥੇ ਖਿਦਮਤਦਾਰੀ ਹੈ ਸੇਵਾ 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 ਜ਼ਰਾ ਤਵੱਜੋ ਲਿਖੀ ਗੱਲ ਤੂੰ ਵੀ ਸੁਣ ਲੈ ਨਿਕੰਮਿਆ ਬੜੀ ਲਿਖੀ ਗੱਲ ਤੂੰ ਵੀ ਸੁਣ ਲੈ ਨਿਕੰਮਿਆ ਤੇਰਾ ਪੀਰ ਕਿਸੇ ਵੀ ਮਸੀਤ ਨਹੀਂ ਹੋ ਜੰਮਿਆ 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 ਅਲੀ ਕਾਬੇ ਵਿੱਚ ਆ ਕੇ ਕਬਜ਼ਾ ਛੁਡਾਇਆ ਅਲੀ ਕਾਬੇ ਵਿੱਚ ਆ ਕੇ ਕਬਜ਼ਾ ਛੁਡਾਇਆ ਅਲੀ ਕਾਬੇ ਵਿੱਚ ਆ ਕੇ ਕਬਜ਼ਾ ਛੁਡਾਇਆ ਹੁਣ ਦੱਸਦਾ ਮਕਾਨ ਵੱਡਾ ਏ ਹੁਣ ਦੱਸਦਾ ਮਕਾਨ ਵੱਡਾ ਏ ਯਾ ਮਾਲਕੇ ਮਕਾਨ ਵੱਡਾ ਏ ਦੱਸਦਾ ਮਕਾਨ ਵੱਡਾ ਏ ਯਾ ਮਾਲਕੇ ਮਕਾਨ ਵੱਡਾ ਏ ਚਾਹੇ ਕੋਈ ਕਾਦਰੀ ਹੈ ਚਾਹੇ ਨੌਸ਼ਾਹੀ ਕਾਦਰੀ ਹੈ ਚਾਹੇ ਚਿਸ਼ਤੀ ਹੈ ਸਾਬਰੀ ਹੈ ਸੋਹਰ ਵਰਦੀ ਹੈ
नक्शबंदी है किसी भी खानदान के नाल तल्लक है जिहड़ा अली दा नहीं हो किसी दा नहीं। नबी करीम मोहम्मद मुस्तफा सल्लल्लाहु अलैहि वसल्लम ने साफ कह दिता कि अगर मैं रोशनी का घर हूँ तो अली मेरा दरवाज़ा है। मन कुन तो मौला फहाजा अली उल मौला, जिसका अली मौला उसका मैं मौला, जिसका अली मौला उसका मैं मौला। नबी पाक दे बिस्तर ते अली सोना जा सोया। जदों हजूर ने हिजरत की मदीने तो मक्के वालों जदों हिजरत की ते बिस्तरा खाली नहीं सी रहना चाहिए क्योंकि दुश्मन ने घेरा पा लिया हजूर दे घर में कि जे बिस्तरा खाली रहा तो दुश्मन की नज़र पै जानी है कि मैं इस शहर चों निकल चुकिया। अली आज हमारे बिस्तर पे कौन सोएगा? हजरत मौला दी मुश्किल कुशा कहने लगे हजूर तुसी हुक्म करो थोड़े ते उपरों हजार अली कुर्बान। ते मौला सरकार उस बिस्तर ते सो गए। जिदा ही हजरत मौला दी मुश्किल कुशा ने उस बिस्तरे दे उपर अपना आराम करना शुरू किया तो अल्लाह पाक ने दो फरिश्ते नाजल कर दिते एक सराहने वाल ते एक पैंद वाल। बाजी बैठो माड़ा जा दो फरिश्ते नाजल कर दिते एक सराहने वाल एक पैंद वाल। हुण दोनों गल्लां करदे आपस विच हजरत मौला अली सुते पए आ वह गल्लां करदे दोनों जिहड़ा सिर वाला सी जिहड़ा सिर वाले पासे जिहदी ड्यूटी सी वह कहण लग्गा पैरां वाले नूं कहिंदा तेरे तो ज़्यादा खुशकिस्मत आ क्यों मैं हजरत अली दे सिर दे वल ड्यूटी दे रहा। तो जिहड़ा पैरां वाला सी वह पहलां थोड़ा उदास होया तो बाद दे विच कहण लग्गा कहिंदा गल सुन तैनूं भुलेखा है तेरे तो ज़्यादा खुशकिस्मत मैं आ। वह कहिंदा क्यों? कहिंदा तू सिर वल खड़ा है ते तैनूं नज़र की आ रहा है? वह कहिंदा मैनूं हज़रत अली दे पैर नज़र आ रहे ने। कहिंदा तेरे तो ज़्यादा खुशकिस्मत मैं पैरां वल खड़ा ते मैं चेहरे की ज़ियारत कर रहा हूं। मैं चेहरे की ज़ियारत कर रहा क्योंकि नबी करीम सल्लल्लाहु अलैहि वसल्लम ने फरमाया कि अली का चेहरा देखना इबादत है। अली को देखना इबादत है। कहिंदे जिहड़ी अख हजरत अली नूं चेहरे तो ना देख सकी होवे फिर अगली रवायत दे विच कि अली नूं पिठ तो देखना भी इबादत है। कोई ऐसी अख जिहड़ी अली नूं पिठ तो भी ना देख सकी होवे ते फिर अगे फरमाउंदे ने कि अली का जिक्र भी इबादत है। कोई ऐसी जुबान जिहड़ी अली दा जिक्र भी ना कर सकी होवे फिर अगली रवायत दे विच कहिंदे ने कि जिस महफल दे विच अली दा जिक्र हो रहा होवे उस महफल दे विच बैठना भी इबादत है।